2019 ਲੋਕਸਭਾ ਚੋਣਾਂ ਨੂੰ ਲੈ ਕੇ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕ੍ਰਾਊਨ ਪਲਾਜ਼ਾ ਨਿਊਯਾਰਕ ਹੋਟਲ ਵਿਖੇ ਇੱਕ ਸੈਸ਼ਨ ਉਸਾਰਿਆ ਗਿਆ, ਕਾਨਫਰੰਸ ਹੋਈ। ਇਸ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਐਗਜ਼ੈਕਟਿਵ ਮੈਂਬਰਸ ਨੇ ਸ਼ਮੂਲੀਅਤ ਕੀਤੀ। ਉਹਨਾਂ ਨੇ ਕਿਹਾ ਕਿ 2019 ਦੇ ਵਿੱਚ ਉਹਨਾਂ ਦਾ ਟੀਚਾ ਹੈ ਕਿ ਲੋਕ ਸਭਾ ਚੋਣਾਂ ਉਹ ਜਿੱਤ ਕੇ ਭਾਰਤ ਦੇ ਵਿੱਚ ਕਾਂਗਰਸ ਯਾਨੀ ਕਿ ਰਾਹੁਲ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਉਹ ਵੇਖਣਾ ਚਾਹੁੰਦੇ ਨੇ। ਲੇਕਿਨ ਉੱਥੇ ਮੌਜੂਦ ਲੋਕਾਂ ਨੇ ਕਈ ਸਵਾਲ ਵੀ ਜਿਹੜੇ ਨੇ ਐਗਜ਼ੈਕਟਿਵ ਮੈਂਬਰਸ ਨੂੰ ਪੁੱਛੇ ਕਿ ਕੁਛ ਰਿਹਾ ਇਸ ਸੈਸ਼ਨ ਦੇ ਵਿੱਚ। ਆਓ ਪਾਉਂਦੇ ਹਾਂ ਇੱਕ ਝਲਕ ਅਬਾਊਟ ਦ ਮੈਂਬਰਸ਼ਿਪ ਫੀ। ਆਈ ਹਰਡ ਦੈਟ ਦ ਮੈਂਬਰਸ਼ਿਪ ਫੀ ਇਜ਼ $250 ਲਾਈਫਟਾਈਮ ਮੈਂਬਰਸ਼ਿਪ ਫੀ, ਐਂਡ ਆਲਸੋ ਆਈ ਹਿਅਰ ਦੈਟ ਦ ਮੈਂਬਰਸ਼ਿਪ ਫੀ ਇਜ਼ $100 ਆਲਸੋ। ਸੋ ਆਈ ਐਮ ਰੈਡੀ ਟੂ ਟੇਕ ਦ ਮੈਂਬਰਸ਼ਿਪ, ਬਟ ਆਈ ਡੋਨਟ ਨੋ, ਆਈ ਆਲਵੇਸ ਚੂਸ ਦ $100. ਸੋ ਆਈ ਵੁਡ ਲਾਈਕ ਟੂ ਨੋ ਅ ਕਲੈਰਿਟੀ ਅਬਾਊਟ ਹਮਕੋ ਸਮਝ ਕੇ ਚੱਲਣਾ ਪੜੇਗਾ। ਬਹੁਤ ਨਾਟ ਈਜ਼ੀ ਲੜਾਈ ਆ, ਕਿਉਂਕਿ ਸਭੀ ਲੋਕ ਜੈਸੇ ਆਪਣੇ ਬੋਲਾ ਕਿ ਆਗੇ ਕੀ ਬਾਤ ਕਰੋ, ਦੇਖੋ ਨਾਮੋਂ ਮੈਂ ਕੁਛ ਨਹੀਂ ਰੱਖਾ। ਹਮਨੇ ਪੰਜਾਬ ਮੇਂ ਇਲੈਕਸ਼ਨ ਲੜੀ ਸੀ, ਮੈਂ ਗਰਾਊਂਡ ਲੈਵਲ ਪਰ ਹਮਨੇ ਲੜਾ, ਉਹ ਵਹਾਂ ਪਰ ਇਤਨਾ ਆਪ ਵਾਲੋਂ ਕਾ ਇਤਨਾ ਰੌਲਾ ਥਾ, ਆਪਕੋ ਵੀ ਮਾਲੂਮ ਹੈ ਕਿ ਕਿਤਨਾ ਐਨ ਆਰ ਆਈ ਉਨਕੀ ਸਪੋਰਟ ਮੇਂ ਗਏ। ਲੇਕਿਨ ਜਬ ਹਮਾਰੇ ਸਾਥ ਗਏ, ਹਮਾਰੇ ਸਾਥ 50 ਐਨ ਆਰ ਆਈ ਥੇ, ਉਨਕੀ ਤਰਫ ਹਜ਼ਾਰੋਂ ਥੇ। ਲੇਕਿਨ ਹਮ ਲੋਕੋਂ ਨੇ ਜਾ ਕੇ ਵਹਾਂ ਬੱਸੇ ਚਲਾਈ, 3 ਬੱਸੇ ਚਲਾਈ, ਕੁਛ ਇੰਗਲੈਂਡ ਸੇ ਪ੍ਰੈਜੀਡੈਂਟ ਲੈ ਗਿਆ, ਸ਼ੁੱਧ ਭਾਜੀ ਨੇ ਜਿਹੋ, ਅਸੀਂ ਸਾਰੇ ਇੱਥੇ ਸਾਰੇ ਆਦਮੀ ਜਿਤਨੇ ਵੀ ਲੈ ਕੇ ਗਏ ਹਮ ਲੋਕ 50 ਲੋਕ, ਹਮ ਲੋਕੋਂ ਨੇ ਗਰਾਊਂਡ ਪਰ ਲੜਾਈ ਲੜੀ ਉਨਕੇ ਸਾਥ। ਔਰ ਇਤਨੀ ਹਮਕੋ ਹਮ ਲੋਕੋਂ ਕੋ ਬੋਲਦੇ ਆਪ ਪਾਗਲ ਹੈ ਯਾਰ, ਆਪ ਤੋ ਉਹੀ ਉਨਕੀ ਸਰਕਾਰ ਬਣਨੇ ਵਾਲੀ ਹੈ। ਲੇਕਿਨ ਫਿਰ ਹਮਨੇ ਹੌਸਲਾ ਨਹੀਂ ਛੋੜਾ, ਕੋਈ ਬਾਤ ਨਹੀਂ, ਹਮ ਕਾਂਗਰਸ ਕੇ ਸਿਪਾਹੀ ਹੈ। Each one of us, we have to take responsibility for ourselves. Don't blame the other guy, because you are not going to change them. There is no way you can really tell somebody, I request you not to be corrupt, until that person decides. In overseas congress da basically teacha ki hai, aur kis tarike naal tusi agge 2019 diyan lok sabha chunavan di taiyari nu laake ground level te bharat de vich kis tarike naal kam karoge? ਸਾਡਾ ਤਕਰੀਬਨ 4000 ਭਾਰਤੀ ਅਮਰੀਕਾ 'ਚ ਰਹਿੰਦਾ, ਉਹ 4000 ਭਾਰਤੀਆਂ ਨੂੰ 4 ਮਿਲੀਅਨ ਐਨ ਆਰ ਆਈਸ ਫਰੋਮ ਇੰਡੀਆ ਇਨ ਯੂ ਐਸ ਏ, ਸੋ ਵੀ ਕੈਨ ਅਪਰੋਚ ਐਵਰੀ ਸਿੰਗਲ ਪਰਸਨ, ਸਾਰਿਆਂ ਨਾਲ ਅਸੀਂ ਕੰਟੈਕਟ ਕਰਾਂਗੇ। 2019 ਫਾਰ ਰਾਹੁਲ ਗਾਂਧੀ, 2019 ਫਾਰ ਕਾਂਗਰਸ, ਇਹ ਸਾਡਾ ਏਜੰਡਾ ਹੋਏਗਾ। 543 ਪਾਰਲੀਮੈਂਟ ਸੀਟਾਂ ਨੇ, ਅਤੇ ਸਾਡੀ ਅਮਰੀਕਾ ਵਾਸਤੇ ਭਾਰਤੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਘੱਟੋ ਘੱਟ 10 ਮੈਂਬਰ ਜਿਹੜੇ ਇੱਥੋਂ ਅਮਰੀਕਾ ਤੋਂ ਭੇਜਾਂਗੇ, 543 ਜਿਹੜੀਆਂ ਸੀਟਾਂ ਨੇ ਉਹਨਾਂ ਸਾਰਿਆਂ 'ਤੇ ਜਾ ਕੇ ਕੰਪੇਨਿੰਗ ਕਰਾਂਗੇ, ਅਤੇ ਇੱਥੇ ਵੀ ਸਾਰਿਆਂ ਨੂੰ ਅਮਰੀਕਾ ਦੇ ਕੋਨੇ ਕੋਨੇ ਜਾ ਕੇ ਪ੍ਰਚਾਰ ਕਰਾਂਗੇ ਕਿ ਜਿਹੜਾ 2019 ਹੈ ਉਹ ਦੇਸ਼ ਦੀ ਹੋਂਦ ਹੈ, ਹੋਂਦ ਨੂੰ ਬਚਾਉਣਾ ਹੈ, ਕਿ ਨਾ ਕਿਸੇ ਸਰਕਾਰ ਬਣਾਉਣ ਵਾਸਤੇ ਲੜਾਈ ਨਹੀਂ ਲੜਨੀ, ਦੇਸ਼ ਦੀ ਹੋਂਦ ਨੂੰ ਬਚਾਉਣਾ। ਜਿਹੜੀ ਮੌਜੂਦਾ ਸਰਕਾਰ ਹੈ ਉਹਨੇ ਧਰਮ ਦੇ ਨਾਂ 'ਤੇ ਸਾਡੇ ਦੇਸ਼ ਨੂੰ ਵੱਢਿਆ, ਜਿਹੜਾ ਹਜ਼ਾਰਾਂ ਸਾਲ ਪੁਰਾਣਾ ਦੇਸ਼ ਹੈ, ਸਾਰੇ ਧਰਮਾਂ ਨੂੰ ਇਕੱਠਿਆਂ ਲੈ ਕੇ ਚੱਲਣ ਵਾਲਾ ਦੇਸ਼ ਹੈ, ਜਿਹਨੂੰ ਉਹ ਮੌਜੂਦਾ ਸਰਕਾਰ ਜਿਹੜੀ ਮੋਦੀ ਸਰਕਾਰ ਉਹਦੇ ਮੰਤਰੀ ਧਰਮ ਦੇ ਨਾਲ ਵੰਡਣਾ ਚਾਹੁੰਦੇ ਨੇ। ਅਸੀਂ 2019 ਚੋਂ ਡੱਕਾਂਗੇ ਔਰ ਸੈਕੂਲਰ ਸਰਕਾਰ ਬਣੇਗੀ, ਇਹ ਵਾਅਦਾ ਹੈ। ਔਰ ਕਿਹੜੇ ਕਿਹੜੇ ਗੱਲਾਂ ਦੀ ਗੱਲ ਕਰੀਏ, ਮਸਲਿਆਂ ਦੀ ਗੱਲ ਕਰੀਏ, ਤੇ ਕਿਹੜੇ ਕਿਹੜੇ ਮਸਲੇ ਤੁਹਾਨੂੰ ਲੱਗਦੇ ਕਿ ਹਜੇ ਲੋੜ ਹੈਗੀ ਹੈ ਇੰਡੀਅਨ ਓਵਰਸੀਜ਼ ਕਾਂਗਰਸ ਨੂੰ ਸੁਲਝਾਉਣ ਦੀ ਭਾਰਤ ਦੇ ਵਿੱਚ? ਔਰ ਉੱਥੇ ਮੌਜੂਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੀ ਪ੍ਰਾਈਮ ਮਿਨਿਸਟਰ ਕੈਂਡੀਡੇਟ ਹੋਣਗੇ ਜਾਂ ਫਿਰ ਰਾਹੁਲ ਗਾਂਧੀ ਨੂੰ ਵੇਖਿਆ ਜਾ ਰਿਹਾ ਪ੍ਰਾਈਮ ਮਿਨਿਸਟਰ ਕੈਂਡੀਡੇਟ ਦੇ ਤੌਰ ਤੇ? ਅਜੇ ਤੱਕ ਤਾਂ ਰਾਹੁਲ ਗਾਂਧੀ ਨੂੰ ਦੇਖਿਆ ਜਾ ਰਿਹਾ, ਕਿਉਂਕਿ ਰਾਹੁਲ ਗਾਂਧੀ ਹੀ 2019 'ਚ ਰਾਹੁਲ ਗਾਂਧੀ ਹੀ ਸਾਡਾ ਜਿਹੜਾ ਹੈ ਜਿਹੜਾ ਹੋਏਗਾ ਪ੍ਰਧਾਨ ਮੰਤਰੀ ਦਾ। ਔਰ ਸਾਡੇ ਬੜੇ ਵੱਡੇ ਮੁੱਦੇ ਨੇ, ਜਿਹੜੀ ਗਰੀਬੀ ਬਹੁਤ ਵੱਡਾ ਮੁੱਦਾ, ਬੇਰੁਜ਼ਗਾਰੀ ਸਾਡਾ ਬਹੁਤ ਵੱਡਾ ਮੁੱਦਾ ਹੈ, ਜੋ ਬੇਰੁਜ਼ਗਾਰੀ ਹੈ, ਜੇ ਬੇਰੁਜ਼ਗਾਰ ਲੋਕ ਹਨ ਉਹਨਾਂ ਦਾ ਨੌਕਰੀ ਦਾ ਵਿਸ਼ਾ ਜਿਹੜਾ ਬਹੁਤ ਵੱਡਾ ਹੈ। ਔਰ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਵੱਡਾ ਹੈ, ਕਿਸਾਨ ਅੱਜ ਖੁਦਕੁਸ਼ੀ ਕਰਕੇ ਮਰ ਰਿਹਾ ਹੈ, ਕਿਸਾਨਾਂ ਦਾ ਬਹੁਤ ਵੱਡਾ ਮੁੱਦਾ ਹੈ। ਕਿਸਾਨਾਂ ਸਿਰਫ ਕਰਜ਼ਾ ਹੈ, ਉਹਨੂੰ ਮਾਫ਼ ਕਰਨ ਦੀ ਜ਼ਰੂਰਤ ਹੈ, ਗੱਲਾਂ ਨਾਲ ਨਹੀਂ ਪ੍ਰੈਕਟੀਕਲੀ ਉਸਨੂੰ ਮਾਫ਼ ਕਰਨ ਦੀ ਜ਼ਰੂਰਤ ਹੈ। ਹੁਣ ਵਧਦੇ ਹਾਂ ਅਗਲੀ ਖਬਰ ਦੇ ਵੱਲ। DCMPAA ਵੱਲੋਂ ਵਰਜੀਨੀਆ ਵਿਖੇ ਸਿੰਗਿੰਗ ਅਤੇ ਡਾਂਸ ਕੰਪੀਟੀਸ਼ਨ ਕਰਾਇਆ ਗਿਆ। ਸਾਡੇ ਸਹਿਯੋਗੀ ਸਰਮੁਖ ਸਿੰਘ ਮਣਕੂ ਨੇ ਉੱਥੇ ਪਹੁੰਚ ਕੇ ਇਸ ਕੰਪੀਟੀਸ਼ਨ ਦਾ ਜਾਇਜ਼ਾ ਲਿਆ। ਕੀ ਕੁਝ ਕੈਦ ਹੋਇਆ, ਆਓ ਪਾਉਂਦੇ ਹਾਂ ਇੱਕ ਝਲਕ।
second place goes to Ashburn All Girls. To meet mom and dad, present the award. So if I could call up Mr. and Mrs. Walia on stage. But I'm telling you, they just live life selflessly, be kind to each other. Sister Malasarenu, thank you first of all for coming out. This is a family event. This is a community event. Hello guys, my name is Jagat Singh. I'm a director at DCMPAA, DC Metro Punjabi Arts Academy. We're a folk Bhangra Academy out in the DC Metro area. This is our 7th annual summer competition with over 300 kids performing both live Bhangra, music Bhangra, Luddi, Gidda, and various other art forms. ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਗਿਫਟੀ ਬੇਨਸ ਅਤੇ ਅਸੀਂ ਇੱਥੇ ਜੱਜ ਕਰ ਰਹੇ ਹਾਂ ਡੀ ਸੀ ਮੈਟਰੋ ਪੰਜਾਬੀ ਆਰਟਸ ਅਕੈਡਮੀ ਕੰਪਟੀਸ਼ਨ 'ਤੇ। ਮੇਰੇ ਨਾਲ ਹੈ ਬੌਬੀ, ਮੁਸਕਾਨ ਐਂਡ ਅਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਸਾਲ ਸਿੰਘ ਸੰਧੂ, ਮੇਰੇ ਸਾਥ ਖੜੇ ਨੇ ਗੁਰਨਾਰ ਸਿੰਘ ਸੰਧੂ। ਸੋ ਅਸੀਂ ਇਹ ਪ੍ਰੋਗਰਾਮ ਨਾਲ ਸ਼ਾਮਿਲ ਹੋ ਕੇ ਆਏ ਗਏ, ਸਾਈਂ ਪਰਿਵਾਰ ਨਾਲ ਲੈ ਕੇ ਆਏ ਹਾਂ। ਸਾਨੂੰ ਇਹ ਪ੍ਰੋਗਰਾਮ ਬਹੁਤ ਚੰਗਾ ਲੱਗਿਆ ਔਰ ਮੇਰੀ ਕਮੇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਹ ਸਭ ਕੁਛ ਦਿਖਾਇਆ। ਜਿਹੜਾ ਯੂਥ ਆ ਕੱਲ੍ਹ ਹੋ ਗਿਆ, ਆਪਾਂ ਚਾਹੁੰਦੇ ਕਿ ਉਹ ਆਪਣੀ ਜਿਹੜੀ ਮਿੱਟੀ ਆ ਅਤੇ ਕਲਚਰ, ਆਪਾਂ ਚਾਹੁੰਦੇ ਕਿ ਉਹ ਨਾਲ ਜੁੜੇ ਅਤੇ ਅੱਗੇ ਵਸਣ। ਵੈਸੇ ਤਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਈ ਵਾਰ ਅਸੀਂ ਵੇਖਿਆ ਕਿ ਭਾਰਤ ਤੋਂ ਪੰਜਾਬ ਤੋਂ ਕਈ ਕਥਾਵਾਚਕ ਆਉਂਦੇ ਹਨ ਜੋ ਕਿ ਲੋਕਾਂ ਨੂੰ ਗੁਰਦੁਆਰੇ ਦੇ ਵਿੱਚ ਆਪਣੀ ਕਥਾ ਕਰਕੇ ਨਿਹਾਲ ਕਰਦੇ ਹਨ। ਜੇਕਰ ਹੁਣ ਗੱਲ ਕਰੀਏ ਤਾਂ ਸਾਬਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵਿਦਿਆਂਤੀ, ਉਹ ਵੀ ਇਸ ਵਾਰ ਅਮੈਰੀਕਾ ਫੇਰੀ 'ਤੇ ਹਨ। ਉਹ ਵੀ ਵਾਸ਼ਿੰਗਟਨ ਡੀ ਸੀ ਵਿਖੇ, ਵਰਜੀਨੀਆ ਵਿਖੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਗਤਾਂ ਨੂੰ ਆਪਣੀ ਕਥਾ ਸੁਣਾ ਕੇ ਨਿਹਾਲ ਕਰ ਰਹੇ ਹਨ। ਕੀ ਕੁਝ ਕੈਦ ਹੋਇਆ, ਕੀ ਕੁਝ ਕੈਦ ਕੀਤਾ, ਸਾਡੇ ਸਹਿਯੋਗੀ ਸਰਮੁਖ ਸਿੰਘ ਮਣਕੂ ਨੇ ਆਪਣੇ ਕੈਮਰੇ ਦੇ ਵਿੱਚ। ਆਓ ਪਾਉਂਦੇ ਇੱਕ ਝਲਕ। ਸਰਬੰਸ ਨਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਬਚਨ ਹੈ। ਆਪਣੀ ਸਵੈ ਜੀਵਨੀ ਵਿਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਿ ਮੇਰਾ ਸੰਸਾਰ ਵਿੱਚ ਆਉਣ ਦਾ ਕੀ ਪ੍ਰਯੋਜਨ, ਤਾਂ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਬਚਨ, ਹਮ ਇਹ ਕਾਜ ਜਗਤ ਨੂੰ ਆਏ ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੁਖੀਓਂ ਪਕੜ ਪਛਾਰੋ, ਜਾਹਿ ਕਾਜ ਧਰਮ ਜਨਮ, ਸਮਝ ਰਹੇ ਹੋ ਸਾਧੂ ਸਭ ਮਨਮ, ਧਰਮ ਚਲਾਵਨ ਸੰਤੋ ਬਾਰਨ ਦੁਸ਼ਟ ਸੁਨ ਕੋ ਕੂਲੋ ਪਾਨ। ਇਹ ਗੁਰੂ ਮਹਾਰਾਜ ਦੇ ਬਚਨ। ਮੈਂ ਧਰਮ ਵੀ ਮਨੁੱਖ ਬਣਾਉਣ ਲਈ ਸੰਸਾਰ ਵਿੱਚ ਆਇਆ, ਧਰਮ ਦਾ ਪ੍ਰਕਾਸ਼ ਕਰਨ ਲਈ ਸੰਸਾਰ ਵਿੱਚ ਆਇਆ, ਔਰ ਦੁਸ਼ਟ ਦੁਖੀ ਜਿਹੜੇ ਧਰਮ ਦੇ ਵਿੱਚ ਰੁਕਾਵਟਾਂ ਪਾਉਣ ਵਾਲੇ ਨੇ, ਉਪਾਧੀਆਂ ਕਰਨ ਵਾਲੇ ਨੇ, ਉਹਨਾਂ ਦਾ ਅਸੀਂ ਵਿਨਾਸ਼ ਕਰਾਂਗੇ। ਕਿਸੇ ਨਾਲ ਦੁਸ਼ਮਣੀ ਨਹੀਂ ਹੈ, ਕੋਈ ਇਹੋ ਜਿਹੀਆਂ ਭਾਵਨਾ ਗੁਰੂ ਮਹਾਰਾਜ ਨੇ ਨਾ ਆਪਣੇ ਵਿੱਚ ਅਤੇ ਨਾ ਗੁਰਸਿੱਖਾਂ ਨੂੰ ਮਹਾਰਾਜ ਨੇ ਦਿੱਤੀਆਂ। ਅਤੇ ਅਸੀਂ ਪਿਆਰ ਕਰਦੇ ਹਾਂ ਸਾਰਿਆਂ ਦੇ ਨਾਲ, ਸਤਿਕਾਰ ਕਰਦੇ ਨੇ ਦੂਜਿਆਂ ਦਾ ਵੀ, ਔਰ ਸ਼ਰਧਾ ਭਾਵਨਾ ਆਪਣੇ ਗੁਰੂ ਦੇ ਵਿੱਚ ਸਾਡੀ। ਗੁਰੂ ਮਹਾਰਾਜ ਨੇ ਇਹੀ ਗੁਰਸਿੱਖਾਂ ਨੂੰ ਸਿਖਾਇਆ। ਔਰ ਧਰਮ ਜਿਹੜਾ ਵਾ, ਜਦੋਂ ਅਸੀਂ ਵੇਖਦੇ ਹਾਂ, ਤੁਸੀਂ ਖਿਆਲ ਕਰੋ ਇਸ ਗੱਲ ਦਾ ਵੀ, ਇਹ ਸਾਡੇ ਛੋਟੇ ਛੋਟੇ ਨਗਰਾਂ ਦੇ ਬਾਹਰ, ਵੱਡੇ ਵੱਡੇ ਨਗਰ ਪਾਲਕਾਂ ਦੇ ਬਾਹਰ ਗੰਦ ਦੇ ਢੇਰ ਲੱਗੇ ਹੋਏ ਨੇ। ਉਹਨਾਂ ਗੰਦ ਦੇ ਢੇਰਾਂ ਵਿੱਚੋਂ ਬਦਬੂ ਆਉਂਦੀ ਹੈ, ਲੋਕ ਨੱਕ ਢੱਕ ਕੇ ਲੰਘਦੇ ਨੇ। ਆ ਧਰਮ ਜਿਹੜਾ ਉਹ ਨਿਰੀ ਬਦਬੂ ਹੈ, ਨਫ਼ਰਤ ਪੈਦਾ ਕਰਦਾ ਮਨੁੱਖ ਦੇ ਵਿੱਚ, ਮਨੁੱਖ ਨੂੰ ਅਹੰਕਾਰੀ ਬਣਾਉਂਦਾ ਵਾ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸੰਗਤ ਦੇ ਇਸ ਗੁਰਦੁਆਰਾ ਸਾਹਿਬ ਦੇ ਬਹੁਤ ਵੱਡੇ ਭਾਗ ਨੇ ਵੀ ਇਹਨਾਂ ਨੇ ਅੱਜ ਦਰਸ਼ਨ ਦਿੱਤੇ। ਬੇਨਤੀ ਕਰਾਂਗੇ ਸਿੰਘ ਸਾਹਿਬ ਜੀ, ਜਦੋਂ ਵੀ ਤੁਹਾਨੂੰ ਟਾਈਮ ਮਿਲੇ ਇੱਧਰ ਆਓ, ਜਦੋਂ ਵੀ ਆਓਗੇ ਇਸ ਗੁਰੂ ਘਰ ਵਿੱਚ ਸੰਗਤ ਤੁਹਾਡਾ ਇੰਤਜ਼ਾਰ ਕਰੂਗੀ। ਬਿਨ ਸੰਗਤ ਮੈਲ ਪ੍ਰੀਜੈ ਜੀ। ਸੰਗਤ ਕਰਨ ਦੇ ਨਾਲ
ਮਨੁੱਖ ਦਾ ਮਨ ਨਿਰਮਲ ਹੁੰਦਾ ਹੈ। ਪਰ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਦੀ ਮੈਨੇਜਮੈਂਟ ਵੱਲੋਂ ਅਤੇ ਸਾਧ ਸੰਗਤ ਵੱਲੋਂ ਸਿੰਘ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਪਣੇ ਲੁਧਿਆਣਿਆਂ ਵਿੱਚੋਂ ਕੁਝ ਟਾਈਮ ਕੱਢ ਕੇ ਸੰਗਤਾਂ ਵਿੱਚ ਸ਼ਾਮਲ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ, ਵਾਸ਼ਿੰਗਟਨ ਸਿੱਖ ਸੰਗਤ, ਵਾਸ਼ਿੰਗਟਨ DC ਦੀਆਂ ਸਿੱਖ ਸੰਗਤਾਂ ਵੱਲੋਂ ਅਸੀਂ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਬੈਦੰਤੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਜਿਹੜੇ ਕਿ ਇਸ ਇਲਾਕੇ ਵਿੱਚ ਪੁੱਜੇ ਨੇ, ਉਹਨਾਂ ਨੂੰ ਸਭ ਤੋਂ ਪਹਿਲਾਂ ਸੰਗਤਾਂ ਵੱਲੋਂ ਜੀਓ ਆਇਆ ਕਹਿੰਦੇ ਹਾਂ। ਅਤੇ ਕੁਝ ਸੰਗਤਾਂ ਵੱਲੋਂ ਜਿੱਥੇ ਸਿੰਘ ਸਾਹਿਬ ਦੀ ਆਮਦ ਵਿੱਚ ਜੀਓ ਆਇਆ ਸਾਰਿਆਂ ਨੇ ਆਖਿਆ, ਨਾਲ ਕੁਝ ਇੱਕ ਸਵਾਲ ਨੇ ਜੋ ਬੜੇ ਸੰਖੇਪ ਦੇ ਵਿੱਚ ਇਹਨਾਂ ਕੋਲ ਆਪਾਂ ਪੁੱਛਾਂਗੇ ਕਿ ਅੱਜ ਪੰਜਾਬ ਦੀ ਜੋ ਹਾਲਤ ਹੈ ਉਹਦੇ ਵਿੱਚ ਨਸ਼ਿਆਂ ਦਾ ਵਾਧਾ, ਜੋ ਖਬਰਾਂ ਸਾਨੂੰ ਆ ਰਹੀਆਂ ਨੇ, ਪਤਤਪੁਣਾ ਵੱਧ ਰਿਹਾ, ਕਿਸਾਨ ਜਿਹੜੇ ਨੇ ਖੁਦਕੁਸ਼ੀਆਂ ਕਰ ਰਹੇ ਨੇ, ਵਾਤਾਵਰਨ ਦਾ ਬਹੁਤ ਬੁਰਾ ਹਾਲ ਹੈ, ਸੋ ਉਹਦੇ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਦੋ ਰਾਵਾਂ ਨਹੀਂ ਵੀ ਪੰਜਾਬ ਦੇ ਵਿੱਚ ਨਸ਼ੇ ਦੀ ਪ੍ਰਵਿਰਤੀ, ਪਤਤਪੁਣਾ ਅਤੇ ਹੋਰ ਵੀ ਕੁਝ ਦੁਖਦਾਈ ਘਟਨਾਵਾਂ ਦਿਨ ਬ ਦਿਨ ਹੁੰਦੀਆਂ ਹਨ। ਇਹਦੇ ਲਈ ਜਿਹੜੇ ਜਿਨ੍ਹਾਂ ਦੇ ਅੰਦਰ ਪੰਥ ਦਾ ਦਰਦ ਆ, ਸਿਆਣੇ ਪੜ੍ਹੇ ਲਿਖੇ ਵਿਦਵਾਨ ਲੋਕ ਨੇ, ਉਹ ਅੱਗੇ ਆਉਣ। ਨਸ਼ਾ ਰੁਕਿਆ ਜਾ ਸਕਦਾ ਵਾ ਜੇ ਅਸੀਂ ਸੱਚੇ ਦਿਲੋਂ ਸਮਰਪਿਤ ਹੋ ਕੇ ਇਸ ਕਾਰਜ ਲਈ ਸਿਰ ਜੋੜ ਕੇ ਇਕੱਠੇ ਹੋ ਕੇ, ਜਿਹੜੇ ਵਿਦੇਸ਼ੀ ਸਿੱਖ ਵਿਦੇਸ਼ ਵਿੱਚ ਵੱਸਦੇ ਨੇ ਉਹਨਾਂ ਤੋਂ ਵੀ ਪ੍ਰੇਰਣਾ ਲਈਏ। ਉਹਨਾਂ ਨੇ ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਸੰਭਾਲਿਆ ਔਰ ਨਸ਼ੇ ਤੋਂ ਵੀ ਗੁਰਹੇਜ਼ ਕੀਤਾ ਉਹਨਾਂ ਨੇ, ਜਦਕਿ ਇੱਧਰ ਬੜੀਆਂ ਨਸ਼ੇ ਦੀਆਂ ਲਹਿਰਾਂ ਹੀ ਪਿਛਲੇ ਸਮੇਂ ਦੇ ਵਿੱਚ ਚੱਲ ਰਹੀਆਂ ਸੀ, ਹੁਣ ਵੀ ਚੱਲ ਰਹੀਆਂ ਨੇ, ਪਰ ਉਹਨਾਂ ਨੇ ਇਸ ਗੱਲੋਂ ਵੀ ਆਪਣੇ ਬੱਚਿਆਂ ਨੂੰ ਸੰਭਾਲਿਆ। ਅਸੀਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਅਤੇ ਜਿਹੜੇ ਪੰਜਾਬ ਦੇ ਚੰਗੇ ਪ੍ਰਮੁੱਖ ਗੁਰਸਿੱਖ ਨੇ ਉਹ ਸਿਰ ਜੋੜ ਕੇ ਇਕੱਠੇ ਹੋਣ ਵੀ ਅਸੀਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣਾ ਵਾ, ਔਰ ਜਿਹੜੀ ਪ੍ਰਵਿਰਤੀ ਪਤਪਣੇ ਦੀ ਵੱਧ ਰਹੀ ਹੈ ਉਹ ਵੀ ਬਾਹਰਲੇ ਗੁਰਸਿੱਖਾਂ ਤੋਂ ਪ੍ਰੇਰਣਾ ਲੈਣ। ਉਹਨਾਂ ਨੇ ਬੱਚੇ ਆਪਣਿਆਂ ਨੂੰ ਸੰਭਾਲਦੇ ਨੇ, ਜਦੋਂ ਉਹਨਾਂ ਬੱਚਿਆਂ ਨੂੰ ਅਸੀਂ ਦੇਖਦੇ ਨੇ ਬੜੀ ਖੁਸ਼ੀ ਹੁੰਦੀ ਹੈ ਵੀ ਸਤਿਗੁਰੂ ਮਹਾਰਾਜ ਉਹਨਾਂ 'ਤੇ ਰਹਿਮਤ ਭਰਿਆ ਹੱਥ ਰੱਖਣ, ਉਹਨਾਂ ਨੂੰ ਆਪਣੀ ਸਿੱਖੀ ਪ੍ਰਦਾਨ ਕਰਨ। ਜਿਨ੍ਹਾਂ ਵਿੱਚ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ, ਗੁਰੂ ਨਾਨਕ ਫਾਊਂਡੇਸ਼ਨ ਆਫ ਅਮੈਰੀਕਾ, ਸਿੱਖ ਸੈਂਟਰ ਆਫ ਵਰਜੀਨੀਆ ਅਤੇ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ, ਚਾਰ ਗੁਰੂ ਘਰਾਂ ਦੇ ਵਿੱਚ ਆਪ ਜੀ ਨੇ ਸ਼ਮੂਲੀਅਤ ਕੀਤੀ ਹੈ। ਉਹਨਾਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਸਮੂਹ ਸੰਗਤ ਵੱਲੋਂ ਆਪ ਜੀ ਦਾ ਬਹੁਤ ਧੰਨਵਾਦ। ਆਖਿਰ ਵਿੱਚ ਇੱਕ ਛੋਟਾ ਜਿਹਾ ਸਵਾਲ ਹੈ ਕਿ ਪੰਥ ਵਿੱਚ ਏਕਤਾ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ, ਵਖਰੇਵੇਂ ਵੱਧਦੇ ਜਾ ਰਹੇ ਨੇ, ਆਪ ਜੀ ਕੀ ਸਮੁੱਚੇ ਪੰਥ ਨੂੰ, ਖਾਸ ਕਰਕੇ ਸਿੱਖ ਡਾਇਸਪੋਰਾ ਜਿਹੜਾ ਬਾਹਰਲੇ ਦੇਸ਼ਾਂ ਵਿੱਚ ਵੱਸਦਾ, ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੋਗੇ? ਇਹ ਗੱਲ ਤਾਂ ਜਿਹੜੀ ਹੈ ਨਾ, ਸਿਰ ਜੋੜ ਕੇ ਜਿਹੜੀ ਗਰੀਬੀ ਅੰਦਰ ਨਿਮਰਤਾ ਦੇ ਨਾਲ ਜਿਹੜੇ ਗੁਰਸਿੱਖ ਉਹ ਅੱਗੇ ਆਉਣ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਨੇ। ਸਾਰੇ ਨਾ ਜਿੰਨੇ ਵੀ ਗੱਲਾਂ ਉਹਨਾਂ ਦੀ ਹੋਮੇ ਹੀ ਸਾਰਾ ਮੂਲ ਹੈ ਇਹਨਾਂ ਦੀ, ਹਮਾਕਤ ਲੋਕਾਂ ਦੇ ਅੰਦਰ, ਇੱਕ ਦੂਜੇ ਨੂੰ ਮਿਲਣਾ ਵੀ ਨਹੀਂ ਚਾਹੁੰਦੇ, ਇਸ ਤਰ੍ਹਾਂ ਸਿੱਖੀ ਪ੍ਰਫੁੱਲਤ ਨਹੀਂ ਹੋਣੀ। ਉਹ ਗੁਰੂ ਨੂੰ ਸਮਰਪਿਤ ਹੋ ਕੇ ਸਿੱਖੀ ਦੇ ਵਾਧੇ ਲਈ ਸਾਰੇ ਸਿਰ ਜੋੜ ਕੇ ਇਹ ਕਾਰਜ ਕਰਨ। ਦੂਜੇ ਕੰਮ ਦੋ ਨੰਬਰ 'ਤੇ, ਪਹਿਲਾਂ ਇਹ ਗੱਲ ਵੀ ਅਸੀਂ ਸਿਰ ਜੋੜ ਕੇ ਸਿੱਖੀ ਦੇ ਵਾਧੇ ਲਈ ਕੰਮ ਕਰਨੇ ਨੇ, ਤਾਂ ਅਸੀਂ ਇਸ ਦੇ ਵਾਧਾ ਅਸੀਂ ਸਫਲਤਾ ਸਾਨੂੰ ਪ੍ਰਾਪਤ ਹੋ ਸਕਦੀ ਹੈ। ਗੱਲ ਹੈ ਕਿ ਬੜੇ ਲੰਮੇ ਸਮੇਂ ਤੋਂ ਬਾਅਦ ਸਿੰਘ ਸਾਹਿਬ ਇਸ ਏਰੀਏ ਦੇ ਵਿੱਚ ਆਏ ਹੈ, ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਜਾ ਕੇ ਜੋ ਸਾਡੀ, ਮੈਂ ਸਮਝਦਾ ਵੀ ਪਨੀਰੀ ਆ, ਉਹਦੇ ਬਾਰੇ ਵੀ ਉਦੇਸ਼ ਦਿੱਤਾ ਹੈ ਕਿ ਉਹਨਾਂ ਨੂੰ ਪੰਜਾਬੀ ਬੋਲਣੀ ਸਿਖਾਓ, ਪੰਜਾਬੀ ਵਿੱਚ ਗੱਲ ਕਰਨ, ਜੂੜੇ ਅਤੇ ਊੜੇ ਦੀ ਗੱਲ ਕਰੋ ਘਰਾਂ ਦੇ ਵਿੱਚ, ਜਿਸ ਦੇ ਨਾਲ ਅਸੀਂ ਆਪਣੀ ਪੰਜਾਬੀ ਨੂੰ ਬਚਾ ਸਕੀਏ। ਅਤੇ ਫਿਲਹਾਲ ਜਸ ਕੈਮਰੇ ਦੀ ਨਜ਼ਰ ਵਿੱਚ ਇੰਨਾ ਹੀ। ਜੇਕਰ ਤੁਹਾਡੇ ਕੋਲ ਵੀ ਹਨ ਅਜਿਹੀਆਂ ਸਟੋਰੀਆਂ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ, info@jasbroadcasting.com, harkeerat@jasbroadcasting.com ਦੇ ਉੱਤੇ, ਤਾਂ ਕਿ ਅਸੀਂ ਤੁਹਾਡੀ ਸਟੋਰੀਜ਼ ਨੂੰ ਅਗਲੇ ਹਫ਼ਤੇ ਇਸੇ ਸਮੇਂ ਲਗਾ ਸਕੀਏ, ਤਾਂ ਕਿ ਤੁਹਾਡੀ ਸਟੋਰੀਆਂ ਵੀ ਆ ਸਕਣ ਜਸ ਕੈਮਰੇ ਦੀ ਨਜ਼ਰ ਦੇ ਇਸ ਪ੍ਰੋਗਰਾਮ ਦੇ ਵਿੱਚ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਹਰਕੀਰਤ ਸਿੰਘ ਆਹਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।